ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਵਾਦਿਤ ਇੰਸਪੈਕਟਰ ਜਿਹੜਾ ਨਸ਼ੇ ਦਾ ਤਸਕਰ ਸੀ ਜਿਹਨੂੰ ਡਿਸਮਿਸ ਕੀਤਾ ਜਾ ਚੁੱਕਾ ਉਹਦੀਆਂ ਕੇਸ ਨੂੰ ਲੈ ਕੇ ਹੁਣ ਤੰਦਾ ਹੋਰ ਖੋਲਣੀਆਂ ਸ਼ੁਰੂ ਕਰ ਦਿੱਤੀਆਂ ਨੇ ਕਿ ਇਸ ਇੰਸਪੈਕਟਰ ਦੇ ਕਿਹੜੇ ਮੈਕਮੇ ਦੇ ਵਿੱਚ ਪੰਜਾਬ ਪੁਲਿਸ ਜਿਹੜਾ ਮੈਕਮਾ ਉਸ ਮੈਕਮੇ ਦੇ ਕਿਹੜੇ ਮਾਈ ਬਾਪ ਸਨ ਜਿਨ੍ਹਾਂ ਸਿਰ ਤੇ ਇਹਨਾਂ ਇੰਦਰਜੀਤ ਨੇ ਪੰਜਾਬ ਦੇ ਵਿੱਚ ਗਦਰ ਮਚਾਇਆ ਸੀ ਕਿਵੇਂ ਨਸ਼ੇ ਦੇ ਤਸਕਰਾਂ ਦਾ ਨਸ਼ੇ ਦੇ ਸਮਗਲਰਾਂ ਦਾ ਨਸ਼ੇ ਦੇ ਮਗਰ ਮਸ਼ਾ ਦਾ ਸਾਥ ਦਿੰਦਾ ਸੀ ਕਿਵੇਂ ਇਹਨੇ ਪੈਸਾ ਕਮਾਇਆ ਕਿਉਂਕਿ ਇਹ ਇੰਸਪੈਕਟਰ ਇੰਦਰਜੀਤ ਸਿੰਘ ਜਿਹੜੇ ਬਰਖਾਸਤ ਕੀਤੇ ਗਏ ਨੇ ਨੌਕਰੀ ਤੋਂ ਰਾਜੀਤ ਸਿੰਘ ਹੁੰਦਲ ਉਹਦੇ ਸਮੇਤ ਕਈ ਹੋਰ ਮਹਿਕਮੇ ਦੇ ਵਿੱਚ ਅਜਿਹੇ ਪੀਪੀਐਸ ਅਫਸਰ ਆਈਪੀਐਸ ਅਫਸਰ ਸਨ ਜਿਨ੍ਹਾਂ ਦਾ ਇਹ ਸਭ ਤੋਂ ਵੱਡਾ लाडला ਸੀ ਇੰਸਪੈਕਟਰ ਇੰਦਰਜੀਤ ਤੋਂ ਹੁਣ ਮਹਿਕਮੇ ਦੇ ਵਿੱਚ ਇੰਦਰਜੀਤ ਸਿੰਘ ਨੂੰ ਬਚਾਉਣ ਵਾਲੇ ਉਹਦੇ ਮਾਈ ਬਾਪ ਕਿਹੜੇ ਕਿਹੜੇ ਮਹਿਕਮੇ ਚਨੇ ਰੀਪੋਰਟਸ ਦੇ ਵਿੱਚ ਕਿਹੜੇ ਕਿਹੜੇ ਅਧਿਕਾਰੀ ਨੇ ਉਹਨਾਂ ਨੂੰ ਲੱਭਣ ਵਾਸਤੇ ਪਾਲਣ ਵਾਸਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਡੀਜੀਪੀ ਨੂੰ ਕਿਹਾ ਕਿ 1 ਮਹੀਨੇ ਦੇ ਵਿੱਚ ਵਿੱਚ ਰਿਪੋਰਟ ਸੌਂਪੀ ਜਾਵੇ ਜਿਸ ਤੋਂ ਬਾਅਦ ਪੰਜਾਬ ਦੇ ਡੀਜੀਪੀ ਗੌਰਵ ਜਾਦਵ ਨੇ ਇਸ ਮਸਲੇ ਦੀ ਜਿਹੜੀ ਜਾਂਚ ਆ ਉਹ ਏਡੀਜੀਪੀ ਆਰਕੇ ਜੈਸਵਾਲ ਨੂੰ ਸੌਂਪ ਦਿੱਤੀ ਆ ਤੇ ਹੁਣ ਆਰਕੇ ਜੈਸਵਾਲ 1 ਮਹੀਨੇ ਦੇ ਵਿੱਚ ਵਿੱਚ ਪੰਜਾਬ ਦੇ ਡੀਜੀਪੀ ਨੂੰ ਰਿਪੋਰਟ ਸੌਂਪਣਗੇ ਤੇ ਉਸ ਤੋਂ ਬਾਅਦ ਇਹ ਰਿਪੋਰਟ ਮੂਕਮੰਦ ਰਿਪੋਰਟ ਅਗੰਤਮਾਨ ਕੋਲ ਪਹੁੰਚ ਜਾਏਗੀ ਉਸ ਰਿਪੋਰਟ ਦੇ ਵਿੱਚ ਕੀ ਕੁਝ ਨਿਕਲ ਕੇ ਆਉਂਦਾ ਪੰਜਾਬ ਪੁਲਿਸ ਦੇ ਕਿਹੜੇ ਵੱਡੇ ਅਫਸਰ ਸਨ ਜਾਂ ਛੋਟੇ ਅਫਸਰ ਸਨ ਜਿਹੜੇ ਇੰਸਪੈਕਟਰ ਇੰਦਰਜੀਤ ਨੂੰ ਬਚਾਉਂਦੇ ਰਹੇ ਇਸ ਮਸਲੇ 'ਚ ਕਿਉਂਕਿ ਪੰਜਾਬ ਸਰਕਾਰ ਨੇ ਡਰੱਗ ਮਾਫੀਆ ਪੁਰਸ ਗੱਠਜੋੜ ਤੋਂ ਪਰਦਾ ਚੁੱਕਣ ਲਈ ਜਿਹੜੀ ਮਿਹਮ ਵੱਢੀ ਆ ਉਹਨੂੰ ਲੈ ਕੇ ਹੁਣ ਹੋਰ ਘੇਰਾ ਵਧਾ ਦਿੱਤਾ ਹੈ ਜਿਸ ਕਰਕੇ ਅਜਿਹੇ ਅਫਸਰ ਚਾਹੇ ਇੰਦਰਜੀਤ ਸਿੰਘ ਹੋਣ ਚਾਹੇ ਰਾਜਜੀਤ ਸਿੰਘ ਹੋਣ ਇਨਾਂ ਦੇ ਵਾਲੀਵਾਰਸ ਕੌਣ ਸਨ ਮਹਿਕਮੇ 'ਚ ਉਹਨਾਂ ਦੀ ਵੀ ਤਲਾਸ਼ ਕਰਨੀ ਸ਼ੁਰੂ ਕਰ ਦਿੱਤੀ ਹੈ ਜਿਨ੍ਹਾਂ ਨੇ ਸਿੱਧੇ ਤੇ ਅਸਿੱਧੇ ਤੌਰ ਤੇ ਇਹ ਅਪਸਰਾਂ ਦਾ ਸਾਥ ਦਿੱਤਾ ਬਰਖਾਸਤ ਇੰਸਪੈਕਟਰ ਇੰਦਰਜੀਤ ਦੀ ਜਿਹੜੀ ਮਦਦ ਕਰਨ ਵਾਲੇ ਜਿਹੜੇ ਮਹਿਕਮੇ ਦੇ ਵਿੱਚ ਲੋਕ ਸਨ ਉਹਨਾਂ ਦੀ ਭੂਮਿਕਾ ਜਾਂਚ ਕਰਨ ਵਾਸਤੇ ਹੁਣ ਜਿਹੜੀ ਫਾਈਲ ਆ ਉਹ ADGP RK ਜੈਸਵਾਲ ਨੂੰ ਸੌਂਪ ਦਿੱਤੀ ਉਹਨਾਂ ਨੂੰ ਉਦੇਸ਼ ਜਾਰੀ ਕਰ ਦਿੱਤੇ ਨੇ ਕਿ 1 ਮਹੀਨੇ ਦੇ ਵਿੱਚ ਵਿੱਚ ਪੰਜਾਬ ਸਰਕਾਰ ਨੂੰ ਪੰਜਾਬ ਪੁਲਿਸ ਨੂੰ ਰਿਪੋਰਟ ਸੌਪੀ ਜਾਵੇ ਗ੍ਰਹਿ ਵਿਭਾਗ ਵੱਲੋਂ ਜਾਰੀ ਹੁਕਮਾਂ ਵਿੱਚ ਡੀਜੀਪੀ ਨੂੰ ਕਿਹਾ ਗਿਆ ਕਿ ਉਹ ਇੰਸਪੈਕਟਰ ਜਿਹੜੇ ਬਰਖਾਸਤ ਜਿਨ੍ਹਾਂ ਨੂੰ 12 ਜੂਨ 2017 ਨੂੰ ਉਸ ਸਮੇਂ ਦੇ ਐਸਟੀਐਫ ਦੇ ਚੀਫ ਹਾਰਪੀ ਸਿੰਘ ਸਿੱਧੂ ਦੀ ਅਗਵਾਈ ਵਾਲੀ ਟੀਮ ਨੇ ਗ੍ਰਿਫਤਾਰ ਕੀਤਾ ਗਿਆ ਸੀ ਤੇ ਉਹਦੀ ਜਿਹੜੇ ਮਾਈ ਬਾਪ ਨੇ ਮਹਿਕਮੇ ਚ ਉਹ ਲੱਭੇ ਜਾਣ ਤਲਾਸ਼ੇ ਜਾਣ ਜਿਹੜਾ 12 ਜੂਨ 2017 ਨੂੰ ਪਰਚਾ ਦਰਜ ਹੋਇਆ ਸੀ ਇੰਸਪੈਕਟਰ ਇੰਦਰਜੀਤ ਸਿੰਘ ਦੇ ਖਿਲਾਫ ਉਹਦੇ ਵਿੱਚ ਹੀ ਹੁਣ ਰਾਜੇ ਸਿੰਘ ਹੁੰਦਲ ਨੂੰ ਨਾਮਜ਼ਦ ਕੀਤਾ ਗਿਆ ਤੇ ਤਿੰਨ ਚਾਰ ਵਕਰੀਆਂ ਜਿਹੜੀਆਂ ਸਖਤ ਧਰਾਵਾਵਾਂ ਵੀ ਲਾਈਆਂ ਗਈਆਂ ਨੇ ਤੇ ਰਾਜੀਤ ਧੋਣਾ ਦੀ ਵੀ ਗ੍ਰਿਫਤਾਰੀ ਲੈ ਕੇ ਛਾਪੇਮਾਰੀ ਚੱਲ ਰਹੀ ਆ ਲੇਕਿਨ ਹੁਣ ਸਵਾਲ ਇਹ ਹੈ ਕਿ ਇਹ ਜਿਹੜਾ ਇੰਸਪੈਕਟਰ ਇੰਦਰਜੀਤ ਸਿੰਘ ਇਹਦੇ ਮਾਈ ਬਾਪ ਕੌਣ ਸੰਤ ਪੰਜਾਬ ਪੁਲਿਸ ਦੇ ਵਿੱਚ ਕੌਣ ਬਚਾਉਂਦੇ ਰਹੇ ਨੇ ਕੌਣ ਤਰੱਕੀਆਂ ਦਿੰਦੇ ਰਹੇ ਨੇ ਕਿਉਂਕਿ ਸਿਰਫ ਰਾਜੀਤ ਸਿੰਘ ਹੁੰਦਲ ਹੀ ਨਹੀਂ ਬਾਕੀ ਵੀ ਪੰਜਾਬ ਚ ਹਲੇ ਵੀ ਉਹ ਅਫਸਰ ਨੇ ਸਰਵੇ ਸਰਵਸ ਕਰੇ ਨੇ ਐਸਐਸਪੀ ਲੈਵਲ ਦੇ ਨੇ ਕਿ ਇਹਨੂੰ ਬਚਾਉਂਦੇ ਰਹੇ ਨੇ ਤੇ ਅਫਸਰ ਵੱਡੇ ਅਫਸਰਾਂ ਕੋ ਮੰਗਦੇ ਰਹੇ ਨੇ ਕਿ ਜੀ ਸਾਡ ਨੂੰ ਇਹਨੂੰ ਸੌਂਪਿਆ ਜਾਵੇ ਇਸ ਤੋਂ ਬਿਨਾਂ ਸਾਡਾ ਜ਼ਿਲ੍ਹਾ ਚੱਲਣਾ ਨਹੀਂ ਆਗਾ ਜਿਵੇਂ ਰਾਜਜੀਤ ਹੁੰਨੀ ਕੀ ਸੀ ਵੀ ਤਰਨਤਾਰ ਤੋਂ ਮੋਗੇ ਲੈ ਕੇ ਮੋਗੇ ਤੋਂ ਤਰਨਤਾਰ ਲੈ ਕੇ ਇਦਾਂ ਨਾਲ ਰੱਖਦੇ ਸੀ ਕੱਲਾ ਰਾਜਜੀਤ ਸਿੰਘ ਹੁੰਦਣ ਲਈ ਬਾਕੀ ਵੀ ਜਿਸ ਕਰਕੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਡੀਜੀਪੀ ਗੌਰਵ ਜਾਦਵ ਨੂੰ ਹੁਕਮ ਜਾਰੀ ਕਰ ਦਿੱਤੇ ਨੇ ਕਿ ਰਾਜੀਤ ਸਿੰਘ ਨੂੰ ਬਚਾਉਣ ਵਾਲੇ ਜਿਹੜੇ ਲੋਕ ਨੇ ਉਹ ਕੌਣ ਨੇ ਮਹਿਕਮੇ ਚ ਲੋਕ ਕੌਣ ਨੇ ਜਾਂ ਸਿਆਸੀ ਲੀਡਰ ਕੌਣ ਸਨ ਜਿਹੜੇ ਬਚਾਉਂਦੇ ਰਹੇ ਨੇ ਕਿਉਂਕਿ ਨਸ਼ੇ ਦੇ ਸਮਗਲਰਾਂ ਤੇ ਤਸਕਰਾਂ ਦਾ ਸਾਥ ਹੀ ਨਿਕਲਿਆ ਸੀ ਇੰਦਰਜੀਤ ਸਿੰਘ ਘਰੋਂ ਇਹ ਕਿ 47 ਜਾਂ ਅਸਾਲਟਾਂ ਵੀ ਮਿਲੀਆਂ ਪੈਸਾ ਵੀ ਮਿਲਿਆ ਨੌਕਰੀ ਤੋਂ ਉਦੋਂ ਹੀ ਇਹਨਾਂ ਨੂੰ ਡਿਸਮਿਸ ਕੀਤਾ ਜਾ ਚੁੱਕਾ ਸੀ ਲੇਕਿਨ ਜਦੋਂ ਤੰਦਾਂ ਜੁੜੀਆਂ ਕਿ ਇਹਦਾ ਮਾਈ ਬਾਪ ਰਾਜੀ ਸਿੰਘ ਹੁੰਦਲ ਨਿਕਲ ਹਲੇ ਤੇ ਇੱਕੋ ਹੀ ਲੋਕਾਂ ਨੂੰ ਪਤਾ ਲੱਗਾ ਉਸ ਤੋਂ ਬਾਅਦ ਰਾਜ ਰਾਜੀਤ ਸਿੰਘ ਹੁੰਦਲ ਨੇ ਵੱਡੇ ਅਫਸਰਾਂ ਨਾਲ ਮਿਲ ਕੇ ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਕੇਸ ਪਾ ਦਿੱਤਾ ਇਸ ਕਰਕੇ ਪਾਇਆ ਕਿ ਉਹਨਾਂ ਨੇ ਖਦਸ਼ਾ ਜਾਰੀ ਕੀਤਾ ਸੀ ਰਾਜੀਤ ਸਿੰਘ ਉਹਨਾਂ ਨੇ ਕਿ ਜਿਹੜੇ ਐਸਟੀਐਫ ਦੇ ਚੀਫ ਨੇ ਉਹ ਉਹਨਾਂ ਨੂੰ ਫਸਾ ਸਕਦੇ ਨੇ ਉਹ ਨਿਰਪੱਖ ਨਹੀਂ ਆ ਉਸ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਉਸ ਸਮੇਂ ਕੈਪਟਨ ਅਮਰਿੰਦਰ ਸਿੰਘ ਨੇ ਵੀ ਹਰਪ੍ਰੀਤ ਸਿੰਘ ਸਿੱਧੂ ਉਹਨਾਂ ਦਾ ਸਾਥ ਨਹੀਂ ਦਿੱਤਾ ਕਿਉਂਕਿ ਹਰਪ੍ਰੀਤ ਸਿੰਘ ਸਿੱਧੂ ਦੇ ਉਸ ਸਮੇਂ ਪਰ ਕੁੱਤਰ ਦਿੱਤੇ ਗਏ ਸੀ ਪਹਿਲਾਂ ਜਦੋਂ ਐਸਟੀਐਫ ਬਣਾਈ ਗਈ ਸੀ ਤੇ ਕਿਹਾ ਗਿਆ ਸੀ ਕਿ ਐਸਟੀਐਫ ਦਾ ਜਿਹੜਾ ਚੀਫ ਹਰਪ੍ਰੀਤ ਸਿੰਘ ਸਿੱਧੂ ਡਾਇਰੈਕਟ ਮੁੱਖ ਮੰਤਰੀ ਕੈਪਟਨ ਮਿਰਿੰਦਰ ਸਿੰਘ ਨੂੰ ਹੀ ਜਵਾਬ ਦੇਹੀ ਹੋਏਗੀ ਜਵਾਬ ਦੇਣਗੇ ਲੇਕਿਨ ਉਸ ਤੋਂ ਬਾਅਦ ਉਹ ਜਿਹੜਾ ਚੇਂਜ ਕੀਤੇ ਗਏ ਰੂਲ ਚੇਂਜ ਕੀਤੇ ਗਏ ਕਿ ਨਹੀਂ ਐਸਟੀਐਫ ਦਾ ਚੀਫ ਸੀਐਮ ਦੀ ਬਜਾਏ ਡੀਜੀਪੀ ਨੂੰ ਦੇਗਾ ਫਿਰ ਮਾਮਲਾ ਸਾਰਾ ਵਿਗੜ ਗਿਆ ਤੇ ਰਾਜੀਤ ਸਿੰਘ ਹੋਣੀ ਹਾਈ ਕੋਰਟ ਚਲੇ ਗਏ ਫਿਰ ਹਾਈ ਕੋਰਟ ਨੇ ਉਹਨਾਂ ਦੀ ਅਪੀਲ ਨੂੰ ਸਵਕਾਰ ਕਰਦੋ ਇੱਕ ਨਵੀਂ ਐਸਟੀ ਜਿਹੜੀ ਨਵੀਂ ਜਾਂਚ ਕਮੇਟੀ ਸਿੱਟ ਬਣਾਉਂਦਾ ਫੈਸਲਾ ਕੀਤਾ ਜਿਸ ਦੇ ਬਾਅਦ ਹਾਈ ਕੋਰਟ ਵੱਲੋਂ ਸਦਾਰ ਛੱਟੋਪਾਦਿਆ ਤੇ ਪ੍ਰਬੋਧ ਕੁਮਾਰ ਤੇ ਨਾਲ ਕੁਮਰ ਵਿਜੇ ਪ੍ਰਤਾਪ ਉਹਨਾਂ ਨੂੰ ਸ਼ਾਮਲ ਕੀਤਾ ਗਿਆ ਜਿਨ੍ਹਾਂ ਨੇ ਰਿਪੋਰਟ ਸੌਂਪ ਦਿੱਤੀ ਤੇ 5 ਸਾਲ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਟੇਬਲ ਤੇ ਪਈ ਰਹੀ ਉਸ ਤੋਂ ਬਾਅਦ ਬਹੁਤ ਸਾਰਾ ਵਿਵਾਦ ਉੱਠਿਆ ਜਿਹਦੇ ਚ ਜਿਹੜੇ ਸਸਪੈਂਡ ਹੋਏ ਡੀਐਸਪੀ ਬਲਵਿੰਦਰ ਸਿੰਘ ਸੇਖੋਂਵਰ ਇੱਕ ਐਡਵੋਕੇਟ ਪ੍ਰਦੀਪ ਕੁਮਾਰ ਉਹਨਾਂ ਨੇ ਰੌਲਾ ਪਾਇਆ ਉਹਨਾਂ ਦਾ ਰੌਲਾ ਪਚਾਇ ਜਾਇਜ਼ ਸੀ ਜਿਵੇਂ ਕਿ ਜਿਹੜੀ ਉਹ ਸ਼ਬਦਾਵਲੀ ਯੂਜ਼ ਕਰਦੇ ਰਹੇ ਨੇ ਅਦਾਲਤਾਂ ਦੇ ਬਾਰੇ ਉਹ ਮਾਨਹਾਨੀ ਦੇ ਕੇਸ 'ਚ ਉਹਨਾਂ ਨੂੰ ਸਜ਼ਾ ਹੋ ਗਈ ਲੇਕਿਨ ਮਸਲਾ ਉਹਨਾਂ ਦਾ ਜਾਇਜ਼ ਸੀ ਲੇਕਿਨ ਤਰੀਕਾ ਤੇ ਸਲੀਕਾ ਉਹ ਮਾੜਾ ਸੀ ਜਿਸ ਕਰਕੇ ਉਹਨਾਂ ਨੂੰ ਵੀ ਉਲੰਘਣਾ ਕਰਤੇ ਸਜ਼ਾ ਹੋ ਗਈ ਲੇਕਿਨ ਰਿਪੋਰਟਾਂ ਖੁੱਲ ਗਈਆਂ ਰਿਪੋਰਟਾਂ ਖੁੱਲੀਆਂ ਤੇ ਰਾਜੀਤ ਸਿੰਘ ਹੁੰਦਲ ਹੋਣਾ ਦੇ ਖਿਲਾਫ ਕਾਰਵਾਈ ਹੋਗੀ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਨੇ ਉਹਨਾਂ ਨੂੰ ਨੌਕਰੀ ਤੋਂ ਡਿਸਮਿਸ ਕਰ ਦਿੱਤਾ ਗਿਆ ਲੇਕਿਨ ਹੁਣ ਸਵਾਲ ਹੈ ਕਿ ਇੱਕ ਰਾਜਜੀਤ ਸਿੰਘ ਨੂੰ ਡਿਸਮਿਸ ਕੀਤਾ ਗਿਆ ਬਾਕੀ ਅਫਸਰਾਂ ਦਾ ਕੀ ਹੋਊਗਾ ਜਿਹੜੇ ਰਾਜਜੀਤ ਨੂੰ ਵੀ ਬਚਾਉਂਦੇ ਰਹੇ ਤੇ ਇੰਸਪੈਕਟਰ ਇੰਦਰਜੀਤ ਨੂੰ ਬਚਾਉਂਦੇ ਵੀ ਰਹੇ ਤੇ ਤਰੱਕੀਆਂ ਵੀ ਦਵਾਉਂਦੇ ਰਹੇਗੇ ਨੇ ਇਸ ਕਰਕੇ ਹੁਣ ਇੰਦਰਜੀਤ ਸਿੰਘ ਨੂੰ ਬਚਾਉਣ ਵਾਲੇ ਜਿਹੜੇ ਮਹਿਕਮੇ ਦੇ ਵਿੱਚ ਉਹਦੇ ਮਾਈ-ਵਾਪਸ ਹਨ ਉਹਨਾਂ ਨੂੰ ਲੱਭਣ ਵਾਸਤੇ ਤਲਾਸ਼ਣ ਵਾਸਤੇ ਇਹ ਜਿਹੜੀ ਨਵੀਂ ਇੱਕ ਅਫੀਸਰ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਡੀਜੀਪੀ ਨੂੰ ਕਿਹਾ ਗੌਰਵ ਜਾਦਵ ਸਾਹਿਬ ਨੂੰ ਗੌਰਵ ਜਾਦਵ ਸਾਹਿਬ ਨੇ ਅੱਗੇ ਆਰਕੇ ਜੈਸਵਾਲ ਨੂੰ ਜ਼ਿੰਮਾ ਦਿੱਤਾ ਗਿਆ ਹੁਣ ਦੇ ਦੇ ਕਿ ਆਰਕੇ ਜੈਸਵਾਲ ਸਾਹਿਬ ਇੱਕ ਮਹੀਨੇ ਦੇ ਵਿੱਚ ਵਿੱਚ ਰਿਪੋਰਟ ਦਿੰਦੇ ਜਾਂ ਸਮਾ ਲੈਣਗੇ ਤੇ ਜੇ ਰਿਪੋਰਟ ਦੇਣਗੇ ਤਾਂ ਕੀ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਪਤਾ ਲੱਗ ਜਾਊਗਾ ਕਿ ਇੰਦਰਜੀਤ ਸਿੰਘ ਦੇ ਪੰਜਾਬ ਪੁਲਿਸ ਦੇ ਵਿੱਚ ਕਿਹੜੇ ਮਾਈ ਬਾਪ ਸਨ ਤੇ ਜੇ ਕਿਹੜੇ ਮਾਈ ਬਾਪ ਬਾਰੇ ਪਤਾ ਲੱਗਿਆ ਤਾਂ ਕੀ ਉਹਨਾਂ ਖਿਲਾਫ ਫਿਰ ਸਖਤ ਕਾਰਵਾਈ ਹੋਏਗੀ ਜਿਵੇਂ ਰਾਜੀ ਸਿੰਘ ਹੁੰਦਲ ਖਿਲਾਫ ਹੋਈ ਆ ਇਹ ਇੰਤਜ਼ਾਰ ਕਰਨਾ ਪਏਗਾ ਘੱਟੋ ਘੱਟ 1 ਮਹੀਨਾ ਤੱਕ ਇੰਤਜ਼ਾਰ ਕਰਨਾ ਬੰਦ ਹੈਗਾ 1 ਮਹੀਨੇ ਤੋਂ ਬਾਅਦ ਆਰ ਕੇ ਜੈਸਵਲ ਨੂੰ ਪੁੱਛਿਆ ਜਾਊਗਾ ਡੀਜੀਪੀ ਗੌਰਵ ਜაძਵਨ ਪੁੱਛਿਆ ਜਾਏਗਾ ਤੇ ਪੰਜਾਬ ਦੀ ਜਿਹੜੀ 3 ਕਰੋੜ ਆਬਾਦੀ ਆ ਪੰਜਾਬ ਦੀ ਜਨਤਾ ਜਿਨ੍ਹਾਂ ਨੂੰ ਅਕਸਰ ਹੀ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਕਹਿੰਦੇ ਨੇ ਕਿ ਮੈਂ ਪੰਜਾਬ ਦੇ 3 ਕਰੋੜ ਪੰਜਾਬੀਆਂ ਨੂੰ ਜਵਾਬ ਦੇ ਆ ਤੇ ਫਿਰ ਮੁੱਖ ਮੰਤਰੀ ਸਾਹਿਬ ਇਸ ਮਸਲੇ ਦੇ ਵਿੱਚ ਇੱਕ ਮਹੀਨੇ ਤੋਂ ਬਾਅਦ ਵੇਖਾਂਗੇ ਕਿ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਤਿੰਨ ਕਰੋੜ ਪੰਜਾਬੀਆਂ ਨੂੰ ਜਵਾਬ ਦਿੰਦੇ ਨੇ ਕਿ ਇੰਦਰਜੀਤ ਸਿੰਘ ਦੇ ਕਿਹੜੇ ਸੀ ਮਹਿਮਨੇ ਚ ਮਾਈ ਬਾਪ ਫਿਲਹਾਲ ਤੜਬਾਵਾ ਸ਼ੁਕਰੀਆ ਇਸੇ ਤਰ੍ਹਾਂ ਦੇਖਦੇ ਰਹੋ ABC ਪੰਜਾਬ ਧੰਨਵਾਦ